ਲੰਬੀ ਗਿੱਦੜਵਾ ਹਲਕੇ ਜਿਹੜੇ ਹੈਗੇ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ, ਤੂੰ ਇਹ ਪੂਰੀ ਜ਼ਿੰਦਗੀ ਸਾਥ ਦੇਣਾ। ਉਹਨਾਂ ਦੇ ਸੀ, ਉਹਨਾਂ ਦੀ ਸੋਚ ਹੀ ਐਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ, ਕਰੋਨਾ ਜਦੋਂ ਸੀ ਨਾ, ਮਤਲਬ ਕੋਈ ਲੀਡਰ ਨਹੀਂ ਹੋਣਾ, ਉਹ ਹਰ ਰੋਜ਼ ਟੈਲੀਫੋਨ ਕਰਦੇ ਸੀ ਡੀਸੀ ਨੂੰ, ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ, ਕਿਹਨੂੰ ਕਿਸ ਚੀਜ਼ ਦੀ ਲੋੜ ਹੈ। ਫਿਰ ਉਹ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਕਿ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ, ਜਿਹਨੂੰ ਰੋਟੀ ਦੀ ਲੋੜ ਉੱਥੇ ਘਰੋਂ ਬਣਾ ਕੇ ਭੇਜਦੇ, ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ। ਦੇਖੋ ਉਹਨਾਂ ਦਰਦ ਸੀ ਲੋਕਾਂ ਪ੍ਰਤੀ, ਹੁਣ ਤੱਕ ਪੁੱਛਦੇ ਹੀ ਨਹੀਂ। ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ, ਸੇਵਾ ਕਰਨ ਵਾਸਤੇ ਨਹੀਂ ਆਉਂਦੇ। ਅੱਜ ਜਿਹੜੀ ਹਾਲਾਤ ਬਣ ਗਏ ਨਾ, ਪੰਜਾਬ ਕਿਉਂ ਡਿੱਗ ਪਿਆ, ਕਿਉਂ ਆਪਾਂ ਗੱਲਾਂ 'ਚ ਵਿਸ਼ਵਾਸ ਕਰਨ ਲੱਗ ਗਏ। ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ, ਅਤੇ ਹਾਲਾਤ ਆਹ ਹੋ ਗਏ ਆਪਣੇ। ਅਤੇ ਮੈਂ ਤਾਂ ਗਿੱਦੜੇ ਵਾਲਿਆਂ ਨੂੰ ਕਹਿਣਾ ਚਾਹੁੰਦਾ, ਜਿਵੇਂ ਤੁਸੀਂ ਬਾਦਲ ਸਾਹਿਬ ਦੀ 95 'ਚ ਲਾਜ ਰੱਖੀ ਸੀ ਨਾ ਬਾਈ ਇਲੈਕਸ਼ਨ, ਜਜ਼ਾਈ ਨੂੰ ਪਤਾ ਬਾਈ ਇਲੈਕਸ਼ਨ ਕਿਵੇਂ ਲੜੀ ਸੀ ਆਪਾਂ, ਉਵੇਂ ਤੁਸੀਂ ਲਾਜ ਰੱਖਿਓ ਐਕਤੀ। ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ, ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ। ਅੱਜ ਜਿਤਨਾ ਹੀ ਜਿਤਨਾ ਕੁਛ ਮਰਜ਼ੀ ਹੋ ਜਾਵੇ, ਸਾਰਿਆਂ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਸੰਭਾਲੂੰਗਾ ਹਲਕੇ ਨੂੰ, ਕੋਈ ਟੈਨਸ਼ਨ ਨਹੀਂ ਲਾ ਦਿਓ। ਅਤੇ ਐਕਤੀ ਸ਼ਰਧਾਂਜਲੀ ਦਈਏ ਆਪਾਂ ਉਹਨਾਂ ਨੂੰ, ਦੇਖਣ ਕਿ ਉਹਨੇ ਉਸੇ ਗਿੱਦੜਵੇ ਹਲਕੇ ਨੇ ਅੱਜ ਰਿਕਾਰਡ ਤੋੜ, ਲੰਬੀ ਗਿੱਦੜਵਾ ਹਲਕੇ ਜਿਹੜੇ ਹੈਗੇ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ, ਤੂੰ ਇਹ ਪੂਰੀ ਜ਼ਿੰਦਗੀ ਸਾਥ ਦੇਣਾ। ਉਹਨਾਂ ਦੇ ਸੀ, ਉਹਨਾਂ ਦੀ ਸੋਚ ਹੀ ਐਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ, ਕਰੋਨਾ ਜਦੋਂ ਸੀ ਨਾ, ਮਤਲਬ ਕੋਈ ਲੀਡਰ ਨਹੀਂ ਹੋਣਾ, ਉਹ ਹਰ ਰੋਜ਼ ਟੈਲੀਫੋਨ ਕਰਦੇ ਸੀ ਡੀਸੀ ਨੂੰ, ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ, ਕਿਹਨੂੰ ਕਿਸ ਚੀਜ਼ ਦੀ ਲੋੜ ਹੈ। ਫਿਰ ਉਹ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਕਿ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ, ਜਿਹਨੂੰ ਰੋਟੀ ਦੀ ਲੋੜ ਉੱਥੇ ਘਰੋਂ ਬਣਾ ਕੇ ਭੇਜਦੇ, ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ। ਦੇਖੋ ਉਹਨਾਂ ਦਰਦ ਸੀ ਲੋਕਾਂ ਪ੍ਰਤੀ, ਹੁਣ ਤੱਕ ਪੁੱਛਦੇ ਹੀ ਨਹੀਂ। ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ, ਸੇਵਾ ਕਰਨ ਵਾਸਤੇ ਨਹੀਂ ਆਉਂਦੇ। ਅੱਜ ਜਿਹੜੀ ਹਾਲਾਤ ਬਣ ਗਏ ਨਾ, ਪੰਜਾਬ ਕਿਉਂ ਡਿੱਗ ਪਿਆ, ਕਿਉਂ ਆਪਾਂ ਗੱਲਾਂ 'ਚ ਵਿਸ਼ਵਾਸ ਕਰਨ ਲੱਗ ਗਏ। ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ, ਅਤੇ ਹਾਲਾਤ ਆਹ ਹੋ ਗਏ ਆਪਣੇ। ਅਤੇ ਮੈਂ ਤਾਂ ਗਿੱਦੜੇ ਵਾਲਿਆਂ ਨੂੰ ਕਹਿਣਾ ਚਾਹੁੰਦਾ, ਜਿਵੇਂ ਤੁਸੀਂ ਬਾਦਲ ਸਾਹਿਬ ਦੀ 95 'ਚ ਲਾਜ ਰੱਖੀ ਸੀ ਨਾ ਬਾਈ ਇਲੈਕਸ਼ਨ, ਜਜ਼ਾਈ ਨੂੰ ਪਤਾ ਬਾਈ ਇਲੈਕਸ਼ਨ ਕਿਵੇਂ ਲੜੀ ਸੀ ਆਪਾਂ, ਉਵੇਂ ਤੁਸੀਂ ਲਾਜ ਰੱਖਿਓ ਐਕਤੀ। ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ, ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ। ਅੱਜ ਜਿਤਨਾ ਹੀ ਜਿਤਨਾ ਕੁਛ ਮਰਜ਼ੀ ਹੋ ਜਾਵੇ, ਸਾਰਿਆਂ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਸੰਭਾਲੂੰਗਾ ਹਲਕੇ ਨੂੰ, ਕੋਈ ਟੈਨਸ਼ਨ ਨਹੀਂ ਲਾ ਦਿਓ। ਅਤੇ ਐਕਤੀ ਸ਼ਰਧਾਂਜਲੀ ਦਈਏ ਆਪਾਂ ਉਹਨਾਂ ਨੂੰ, ਦੇਖਣ ਕਿ ਉਹਨੇ ਉਸੇ ਗਿੱਦੜਵੇ ਹਲਕੇ ਨੇ ਅੱਜ ਰਿਕਾਰਡ ਤੋੜ, ਲੰਬੀ ਗਿੱਦੜਵਾ ਹਲਕੇ ਜਿਹੜੇ ਹੈਗੇ ਕਹਿੰਦੇ ਆ ਮੇਰੇ ਨਾਲ ਬਹੁਤ ਸਾਥ ਦਿੱਤਾ ਇਹਨਾਂ ਨੇ, ਤੂੰ ਇਹ ਪੂਰੀ ਜ਼ਿੰਦਗੀ ਸਾਥ ਦੇਣਾ। ਉਹਨਾਂ ਦੇ ਸੀ, ਉਹਨਾਂ ਦੀ ਸੋਚ ਹੀ ਐਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਰੋਨਾ ਦੀ, ਕਰੋਨਾ ਜਦੋਂ ਸੀ ਨਾ, ਮਤਲਬ ਕੋਈ ਲੀਡਰ ਨਹੀਂ ਹੋਣਾ, ਉਹ ਹਰ ਰੋਜ਼ ਟੈਲੀਫੋਨ ਕਰਦੇ ਸੀ ਡੀਸੀ ਨੂੰ, ਕਿੰਨੇ ਬੰਦੇ ਨੂੰ ਕਰੋਨਾ ਹੋ ਗਿਆ, ਕਿਹਨੂੰ ਕਿਸ ਚੀਜ਼ ਦੀ ਲੋੜ ਹੈ। ਫਿਰ ਉਹ ਬੰਦਿਆਂ ਦਾ ਟੈਲੀਫੋਨ ਨੰਬਰ ਲੈਂਦੇ ਸੀ ਕਿ ਉਹ ਸਾਰਿਆਂ ਨੂੰ ਟੈਲੀਫੋਨ ਕਰਦੇ ਸੀ, ਜਿਹਨੂੰ ਰੋਟੀ ਦੀ ਲੋੜ ਉੱਥੇ ਘਰੋਂ ਬਣਾ ਕੇ ਭੇਜਦੇ, ਦਵਾਈ ਦੀ ਲੋੜ ਆ ਲੈ ਕੇ ਭੇਜਦੇ ਸੀ। ਦੇਖੋ ਉਹਨਾਂ ਦਰਦ ਸੀ ਲੋਕਾਂ ਪ੍ਰਤੀ, ਹੁਣ ਤੱਕ ਪੁੱਛਦੇ ਹੀ ਨਹੀਂ। ਹੁਣ ਤੱਕ ਰਾਜ ਕਰਨ ਵਾਸਤੇ ਆਉਂਦੇ ਆ, ਸੇਵਾ ਕਰਨ ਵਾਸਤੇ ਨਹੀਂ ਆਉਂਦੇ। ਅੱਜ ਜਿਹੜੀ ਹਾਲਾਤ ਬਣ ਗਏ ਨਾ, ਪੰਜਾਬ ਕਿਉਂ ਡਿੱਗ ਪਿਆ, ਕਿਉਂ ਆਪਾਂ ਗੱਲਾਂ 'ਚ ਵਿਸ਼ਵਾਸ ਕਰਨ ਲੱਗ ਗਏ। ਜਿਹੜਾ ਝੂਠ ਬੋਲਦਾ ਵੱਡਾ ਉਹਦੇ ਮਗਰ ਲੱਗ ਜਾਂਦੇ, ਅਤੇ ਹਾਲਾਤ ਆਹ ਹੋ ਗਏ ਆਪਣੇ। ਅਤੇ ਮੈਂ ਤਾਂ ਗਿੱਦੜੇ ਵਾਲਿਆਂ ਨੂੰ ਕਹਿਣਾ ਚਾਹੁੰਦਾ, ਜਿਵੇਂ ਤੁਸੀਂ ਬਾਦਲ ਸਾਹਿਬ ਦੀ 95 'ਚ ਲਾਜ ਰੱਖੀ ਸੀ ਨਾ ਬਾਈ ਇਲੈਕਸ਼ਨ, ਜਜ਼ਾਈ ਨੂੰ ਪਤਾ ਬਾਈ ਇਲੈਕਸ਼ਨ ਕਿਵੇਂ ਲੜੀ ਸੀ ਆਪਾਂ, ਉਵੇਂ ਤੁਸੀਂ ਲਾਜ ਰੱਖਿਓ ਐਕਤੀ। ਦੇਖੋ ਆਪਣੀ ਕੌਮ ਵਾਸਤੇ ਬਹੁਤ ਜ਼ਰੂਰੀ ਹੈ,
ਆਪਣੀ ਪਾਰਟੀ ਵਾਸਤੇ ਬੜਾ ਜ਼ਰੂਰੀ ਹੈ। ਆਹ ਜਿਤਨਾ ਹੀ ਜਿਤਨਾ ਕੁਛ ਮਰਜ਼ੀ ਹੋ ਜਾਵੇ, ਸਾਰਿਆਂ ਦੀ ਜ਼ਿੰਮੇਵਾਰੀ ਮੇਰੀ ਹੈ, ਮੈਂ ਸੰਭਾਲੂੰਗਾ ਹਲਕੇ ਨੂੰ, ਕੋਈ ਟੈਨਸ਼ਨ ਹੀ ਲਾ ਦਿਓ। ਅਤੇ ਐਕਤੀ ਸ਼ਰਧਾਂਜਲੀ ਦੇਈਏ ਆਪਾਂ ਉਹਨਾਂ ਨੂੰ, ਦੇਖਣ ਕਿ ਉਹਨੇ ਉਸੇ ਕਿਤੇ ਹੋਏ ਹਲਕੇ ਨੇ ਅੱਜ ਰਿਕਾਰਡ ਤੋੜ ਦਿੱਤਾ।